ਇੱਕ ਡਾਕਟਰ ਦੀ ਦੁਕਾਨ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਕਿਹਾ ਜਾ ਰਿਹਾ ਕਿ ਤੇਜ਼ ਧਾਰ ਹਥਿਆਰ ਦੇ ਦਮ ਦੇ ਉੱਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਡਾਕਟਰ ਦੀ ਦੁਕਾਨ ਤੇ ਜੋ ਸੀਸੀਟੀਵੀ ਕੈਮਰੇ ਲੱਗੇ ਸੀ ਉਹ ਕੁਝ ਦਿਨ ਪਹਿਲਾਂ ਹੀ ਖਰਾਬ ਹੋ ਗਈ ਸੀ ਅਤੇ ਹੁਣ ਲੁਟੇਰਿਆਂ ਨੇ ਉਸਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਜਾ ਰਿਹਾ ਕਿ 45,000 ਰੁਪਏ ਦੇ ਕਰੀਬ ਨਕਦੀ ਲੁੱਟ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਉੱਥੇ ਕਿਹਾ ਜਾ ਰਿਹਾ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਇਹ ਦੋਵੇਂ ਲੁਟੇਰੇ ਆਏ ਸੀ ਅਤੇ ਵਾਰਦਾਤ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਮੌਕੇ ਦੇ ਉੱਤੇ ਨੀਟੂ ਸ਼ਟਰਾਂ ਵਾਲਾ ਵੀ ਪਹੁੰਚਿਆ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਡਾਕਟਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰਿਆਂ ਦੇ ਵੱਲੋਂ। ਕਿਹਾ ਜਾ ਰਿਹਾ ਕਿ ਡਾਕਟਰ ਜਦੋਂ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ ਤਾਂ 45,000 ਰੁਪਏ ਦੇ ਕਰੀਬ ਨਕਦੀ ਲੁੱਟ ਕੇ ਇਹ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਜਦੋਂ ਡਾਕਟਰ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸਨੂੰ ਤੇਜ਼ ਧਾਰ ਹਥਿਆਰ ਦਿਖਾਏ ਗਏ, ਜਿਸ ਤੋਂ ਬਾਅਦ ਉਹਨਾਂ ਨੇ 45,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਸਰ, ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੇ ਬਾਹਰ ਕੁੰਡੀ ਲੱਗੀ। ਮੇਰੇ ਤੋਂ ਪਹਿਲੇ ਭਾਈ ਸਾਹਿਬ ਵੀ ਆਏ, ਇਹਨਾਂ ਨੇ ਕੁੰਡੀ ਖੋਲ੍ਹ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ 2 ਬੰਦੇ ਆਏ ਜਿਨ੍ਹਾਂ ਕੋਲ ਡਰਾਟ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30,000 ਤੋਂ 35,000 ਜੇ 40,000 ਰੁਪਏ ਸੇਲ ਸੀਗੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ। ਔਰ ਇਹ ਬੰਦੇ ਦਾ ਕਹਿਣਾ ਕਿ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਸ ਜਿਹੜਾ ਹੋ ਰਿਹਾ ਕੰਮ ਇੱਥੇ ਇਹਨਾਂ ਦੀ ਨੱਕ ਇਹਨਾਂ ਨੂੰ ਕੱਸ ਕੇ ਰੱਖੋ, ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ। ਬਾਕੀ ਆਹ ਵੀਰ ਜੀ ਦੱਸਣਗੇ ਜੀ ਕੁੰਡੀ ਖੋਲ੍ਹੀ ਇਹਨਾਂ ਨੇ ਜੀ। ਮੇਰਾ ਨਾਮ ਜੀ ਡਾਕਟਰ ਰਸਿਕ ਵਤਸ ਹੈ, ਐਮਰੀ ਕਲੀਨਿਕ ਹੈਗੀ ਹੈ ਸ਼੍ਰੀ ਰਾਮ ਕਲੀਨਿਕ ਦੇ ਨਾਮ ਨਾਲ ਬਹਾਦਰਗੜ੍ਹ ਰੋਡ ਦੇ ਉੱਪਰ ਮੇਨ ਰੋਡ 'ਤੇ ਮੈਂ ਬੈਠਾ ਸੀਗਾ। ਹੁਣ 9:45 ਦੀ ਗੱਲ ਆ, ਮੈਂ ਸੀ ਅਤੇ ਮੇਰੀ ਅਸਿਸਟੈਂਟ ਬੈਠੀ ਸੀਗੀ ਅਤੇ ਅੰਦਰ 2 ਬੰਦੇ ਆਏ, ਮੂੰਹ ਢਕੇ ਹੋਏ ਸੀਗੇ ਉਹਨਾਂ ਦੇ। ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ, ਫਿਰ ਅੰਦਰ ਮੇਰਾ ਕੈਬਿਨ ਦਾ ਦਰਵਾਜ਼ਾ ਬੰਦ ਕੀਤਾ। ਐਡੀ ਵੱਡੀ ਇੱਕ ਲੋਹੇ ਦੀ ਸੀਗੀ ਰੋਡ, ਦਾਂਤ ਜੀ ਸੀਗੀ, ਤਿੱਖੀ ਜੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ। ਮੈਨੂੰ ਕਹਿੰਦੇ ਜਿਹੜਾ ਕੁਛ ਹੈਗਾ ਰੱਖ ਦੇ ਇੱਥੇ, ਅਤੇ ਫਿਰ ਮੈਨੂੰ ਕੁਛ ਮੌਕਾ ਨਹੀਂ ਮਿਲਿਆ, ਕੁਛ ਮੈਂ ਘਬਰਾ ਗਿਆ। ਉਹਨਾਂ ਨੇ ਫਟਾਫਟ ਗੱਲਾ ਖੋਲ੍ਹਿਆ ਮੇਰਾ ਵਿੱਚੋਂ ਸਾਰਾ ਉਹ ਕੱਢ ਲਿਆ ਸਮਾਨ ਅਤੇ ਫਿਰ ਮੇਰੇ ਕੋਲ ਕੁਛ ਮਹੀਨੇ ਦੀ ਸੇਵਿੰਗ, ਮੇਰੇ ਬਟੂ 'ਚ ਵੀ ਸਾਰੇ ਪੈਸੇ ਕੱਢ ਲਏ ਉਹਨਾਂ ਨੇ। ਕੱਢ ਕੇ ਨਾਲ ਮੈਨੂੰ ਧਮਕੀ ਦੇ ਕਹਿੰਦੇ ਬਾਹਰ ਨਿਕਲਿਆ ਦੇਖ ਲਈ। ਔਰ ਨਿਕਲਣਾ ਦਾ ਕੀ ਸੀਗਾ, ਮੈਂ ਉਹਨਾਂ ਨੇ ਜਿਹੜਾ ਬਾਹਰ ਮੇਰਾ ਕੈਬਿਨ ਦਾ ਸੀਗਾ ਉਹਨੂੰ ਦਰਵਾਜ਼ਾ ਬੰਦ ਕਰਤਾ। ਉੱਧਰੋਂ ਫਿਰ ਮੈਂ ਫੋਨ ਫਾਨ ਕਰਨ ਲੱਗਿਆ, ਜਦ ਨੂੰ ਮੇਰੇ ਭਾਈ ਸਾਹਿਬ ਹੈਗੇ, ਮੇਰੇ ਪੇਸ਼ੈਂਟ ਇਹ ਆਏ ਅਤੇ ਇਹਨਾਂ ਨੇ ਆ ਕੇ ਇੱਧਰ ਕੁੰਡੀ ਖੋਲ੍ਹੀ ਮੇਰੀ ਅਤੇ ਫਿਰ ਮੈਂ ਇਹਨਾਂ ਨੂੰ ਕੌਂਸਲਰ ਸਾਹਿਬ ਨੂੰ ਫੋਨ ਕੀਤਾ, ਵਾਰਡ ਨੰਬਰ 2 ਦੇ ਕੌਂਸਲਰ ਨੇ। ਜੱਜੀ ਜੀ ਇਹ ਵਿਚਾਰੇ ਆਏ ਫਟਾਫਟ, ਇਹ ਨੀਟੂ ਛੱਡਣ ਵਾਲੇ ਹੈਗੇ ਆ ਜੀ, ਇਹ ਕੁਦਰਤ ਮੇਰੇ ਕੋਲ ਦਵਾਈ ਲੈਣ ਆਏ ਹੋਏ ਸੀਗੇ, ਇਹਨਾਂ ਨੇ ਵੀ ਦੇਖਿਆ ਆ ਕੇ ਅਤੇ ਸਾਰਾ ਉਦੋਂ ਲੁੱਟ ਲੁੱਟ ਕੇ ਲੈ ਗਏ ਸੀਗੇ। 2 ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ, ਇੱਕ ਵਾਰ ਤਾਂ ਮੇਰੇ ਤੋਂ 80,000 ਰੁਪਏ ਖੋਲ੍ਹਿਆ ਸੀਗਾ ਅਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ, ਪਰ ਉਹ ਬੰਦੇ ਫੜੇ ਗਏ ਸੀਗੇ। ਹੁਣ ਉਸ ਤੋਂ ਬਾਅਦ ਤਾਂ ਕੀ ਕਾਰਵਾਈ ਮੈਨੂੰ ਪਤਾ ਨਹੀਂ। ਅਤੇ ਜੁਲਾਈ ਦੇ ਵਿੱਚ ਵੀ ਇਹਨੂੰ ਇੱਦਾਂ ਹੀ ਹੋਇਆ ਸੀਗਾ, ਮੇਰੇ ਇੱਥੇ ਰਿਵੋਲਵਰ ਲਾਤਾ ਸੀ, ਮੈਂ ਇੱਥੇ ਕਾਰਾਵਾਰਾ ਚੌਂਕ ਨੂੰ ਜਾ ਰਿਹਾ ਸੀਗਾ ਅਤੇ ਖੈਰ ਉਦੋਂ ਤਾਂ ਮੈਂ ਸਕੇਪ ਕਰ ਗਿਆ ਸੀ, ਮੈਂ ਚਲਾ ਗਿਆ ਸੀ, ਭੱਜ ਗਿਆ ਸੀਗਾ ਅਤੇ ਫਿਰ ਉਦੋਂ ਮੈਂ ਕੰਪਲੇਂਟ ਲਿਖਾਉਣ ਵੀ ਗਿਆ ਸੀ। ਕੰਪਲੇਂਟ ਮੇਰੀ ਸ਼ਾਇਦ ਲਿਖੀ ਹੋਵੇ ਉਸ ਤਰ੍ਹਾਂ ਦੀ, ਇਹ 16-18-19 ਜੁਲਾਈ ਦੇ ਆਸ ਪਾਸ ਦੀ ਗੱਲ ਹੈ। ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦਰੇਸੀ ਥਾਣੇ ਨੂੰ ਕੰਪਲੇਂਟ ਲਿਖਾ ਕੇ ਆਇਆ ਸੀਗਾ। FIR ਤਾਂ ਉਹਨਾਂ ਨਹੀਂ ਸੀ ਲਿਖੀ, ਕੰਪਲੇਂਟ ਲਿਖੀ ਸੀ। ਤਬਦੀਸ਼ ਕਰਨ ਸ਼ਾਇਦ ਆਏ ਸੀਗੇ, ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ। ਦੇਖੋ ਜੀ, ਮੇਰੇ ਸੀਸੀਟੀਵੀ ਤਾਂ ਨਹੀ�ं ਆਈ, ਮੇਰੇ 15-20 ਦਿਨ ਤੋਂ ਸੀਸੀਟੀਵੀ ਖਰਾਬ ਸੀਗੇ। ਹੁਣ ਆਸ ਪਾਸ ਦੇਖਣਾ ਪਏਗਾ ਆਪਾਂ ਨੂੰ ਕਿ ਸੀਸੀਟੀਵੀ 'ਚ ਆਏ ਆ। ਗੱਲ ਕਰੀਏ ਤਾਂ ਪਹਿਲਾਂ ਵੀ 2-3 ਵਾਰੀ ਤੁਹਾਡੇ ਵਾਰਦਾਤ ਹੋਈ, ਤੁਸੀਂ ਆਪ ਦੱਸਿਆ
ਸੀਸੀਟੀਵੀ ਚੱਲ ਰਹੇ ਸੀਗੇ, ਥੋੜੇ ਦਿਨ ਪਹਿਲਾਂ ਤੇ ਖਰਾਬ ਸੀ, ਮੈਂ ਸੋਚਿਆ ਸੀ ਕਰਵਾਉਣਾ ਹੁਣ ਕਰਵਾਉਣੇ ਸੀਗੇ। ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਕੁਦਰਤੀ, ਉਸੇ ਕੰਮ ਲਈ ਆਏ ਸੀਗੇ। ਹੁਣ ਅਣਗਹਿਲੀ ਦੇਖੋ, ਬੰਦਾ ਸੇਫ ਹੀ ਹੈ ਨਹੀਂ, ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ। ਹੁਣ ਇਹਦਾ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ, ਹੁਣ ਆਪਣੇ ਘਰ 'ਚ ਬੈਠਾ ਉਹਨੂੰ ਉੱਥੇ ਆ ਕੇ ਬੰਦੇ 'ਤੇ ਵਾਰਦਾਤ ਹੋ ਜਾਵੇ ਤਾਂ ਫਿਰ ਛੱਡੂਗਾ ਕਿਹਨੂੰ ਕੋਈ? 45,000 ਤਾਂ ਹੋਏਗਾ ਜੀ, ਐਗਜੈਕਟ ਤਾਂ ਨਹੀਂ ਕਹਿ ਸਕਦਾ, 40-45 ਦੇ ਵਿੱਚ ਵਿੱਚ ਇੰਨਾ ਕੁ ਤਾਂ ਹੋ ਗਿਆ। ਨਹੀਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ, ਮੈਂ ਹੁਣ ਪੈਸੇ ਦੇ ਦਿੱਤੇ, ਹੁਣ ਜਾਨੀ ਨੁਕਸਾਨ ਤਾਂ ਨਹੀਂ ਕੀਤਾ ਉਹਨਾਂ ਨੇ। ਕਿਵੇਂ ਦੇਖਦੇ ਜੀ ਵਾਰਦਾਤ ਹੋਈ ਹੈ ਤੇ? ਵਾਰਦਾਤ ਪਹੁੰਚੇ ਹੈ ਜਿੱਥੇ ਆਏ ਹਾਂ, ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਬੰਨ ਕੇ ਆਏ ਸੀ, ਅਤੇ ਹੁਣ ਚੈੱਕ ਕਰ ਰਹੇ ਹਾਂ ਸਾਰਾ ਕਿ ਲਾਰੋ ਖੁੰਡੀ ਲਾ ਗਏ ਲੜਕੀ ਨੂੰ। ਵੈਸੇ ਡਾਕਟਰ ਸਾਹਿਬ ਦੇ ਕੈਮਰੇ ਹੀ ਨਹੀਂ ਚੱਲ ਰਹੇ, ਡਾਕਟਰ ਸਾਹਿਬ ਦੇ ਕੈਮਰੇ ਹੀ ਖਰਾਬ ਹੈ, ਕੁਛ 1-2 ਮਹੀਨੇ ਤੋਂ ਖਰਾਬ ਦੱਸ ਰਹੇ ਨੇ, ਅਤੇ ਨਾਲ ਦੇ ਗੁਆਂਢੀਆਂ ਦੇਖੇ ਉਹ ਵੀ ਖਰਾਬ ਨੇ, ਹੋਰ ਕੈਮਰੇ ਦੇਖ ਰਹੇ, ਬਾਕੀ ਜੋ ਹੋਊਗਾ ਦੋਸ਼ੀਆਂ ਨੂੰ ਜਲਦੀ ਫਟ ਕੇ ਸਜ਼ਾ ਦਿੱਤੀ ਹੈ। ਪਹਿਲਾਂ ਵੀ ਪਹਿਲਾਂ ਵਾਰੀ ਕੋਈ ਨੌਲੇਜ ਨਹੀਂ ਆਈ ਹੈਗੀ, ਪਹਿਲਾਂ ਕੋਈ ਹੋਈ ਪਰ ਇਹ ਨੌਲੇਜ ਨਹੀਂ ਆਪਣੇ। ਤੁਹਾਡਾ ਸ਼ੁਭ ਨਾਮ ਜੀ? ਇਹ SA ਮਲਕੀਤ ਸਿੰਘ, ਡਿਊਟੀ ਅਫਸਰ ਬਸਤੀ ਤੌਰ 'ਤੇ ਲੁਧਿਆਣਾ।